ਪ੍ਰਗਟ ਸਿੰਘ ਜੀ, ਵੋਟ ਪਾਤੀ ਹੈ ਤੁਸੀਂ? ਬਿਲਕੁਲ, ਜਿੱਦਾਂ ਅਸੀਂ ਪਹਿਲਾਂ ਵੀ ਮਿਲੇ ਸੀਗੇ, ਤੁਸੀਂ ਸੋਚ ਤੇ ਇੱਕ ਡਿਫਰੈਂਟ ਪੋਲੀਟੀਕਲ ਸਿਨੈਰੀਓ ਦੀ ਗੱਲ ਕਰਦੇ ਹੋ, ਜਲੰਧਰ ਦਾ ਕੀ ਕਹਿ ਰਹੇ ਹੁਣ ਵੋਟਰ? ਨਹੀਂ, ਜਲੰਧਰ ਦਾ ਵੋਟਰ ਬੇਸਿਕਲੀ ਜਿਹੜਾ ਮੇਨਲੀ ਉਹ ਚੰਨੀ ਦੇ ਹੱਕ ਦੇ ਵਿੱਚ ਹੈ। ਉਹਦਾ ਦੋ ਤਿੰਨ ਕਾਰਨ ਹੈਗੇ ਆ। ਇੱਕ ਤਾਂ ਜਿਹੜੇ ਬਾਕੀ ਕੈਂਡੀਡੇਟ ਆ ਉਹ ਬੜੇ ਇੱਧਰੋਂ ਉੱਧਰੋਂ ਭੱਜ ਭੁੱਜ ਕੇ ਅਲੱਗ ਅਲੱਗ ਪਾਰਟੀਆਂ ਦੇ ਵਿੱਚ ਗਏ, ਔਰ ਪਿਛਲੇ ਸਮੇਂ ਦੇ ਵਿੱਚ ਲੋਕਾਂ ਦਾ ਵਿਸ਼ਵਾਸ ਜਿਹੜਾ ਉਹ ਪੋਲੀਟੀਕਲ ਲੋਕਾਂ ਤੋਂ ਘਟਿਆ ਤੇ ਟੁੱਟਿਆ। ਉਹ ਇਸ ਕਰਕੇ ਵੀ ਕੱਲ੍ਹ ਤੱਕ ਉਹ ਕਿਸੇ ਹੋਰ ਵਿਚਾਰਧਾਰਾ ਨਾਲ ਖੜੇ ਸੀ, ਉਹਦੇ ਤੋਂ ਬਾਅਦ ਕਿਸੇ ਹੋਰ ਵਿਚਾਰਧਾਰਾ 'ਚ ਚਲੇ ਗਏ, ਉਹਦੇ ਤੋਂ ਬਾਅਦ ਤੀਜੀ 'ਚ ਚਲੇ ਗਏ। ਉਹ ਕਹਿੰਦੇ ਵੀ ਇਹਨਾਂ ਦਾ ਕੋਈ ਸਟੈਂਡ ਨਹੀਂ ਹੈ, ਇਹਨਾਂ ਦਾ ਤਾਂ ਸਿਰਫ ਕੁਰਸੀ ਦਾ ਸਟੈਂਡ ਹੈ, ਵੀ ਕੁਰਸੀ ਮਿਲਣੀ ਚਾਹੀਦੀ ਭਾਵੇਂ ਜਿੱਥੇ ਮਰਜ਼ੀ, ਭਾਵੇਂ ਖੂਹ 'ਚ ਡੱਗ ਦੇ ਦੇ। ਸੋ ਉਹਦੇ ਤੋਂ ਮੈਨੂੰ ਲੱਗਦਾ ਕਿ ਇਹਨਾਂ ਦੀ ਜਿਹੜੀ ਖਾਸ ਕਰਕੇ ਜਿਹੜੇ ਕੈਂਡੀਡੇਟਸ ਆ ਉਹਨਾਂ ਦਾ ਜਦੋਂ ਕੰਪੈਰੀਜ਼ਨ ਹੁੰਦਾ ਤੇ ਉਦੋਂ ਬੜਾ ਕਲੀਅਰ ਕੱਟ ਹੋ ਜਾਂਦਾ ਵੀ ਹਾਂ ਬਈ ਇਹਦੇ ਵਿੱਚ ਲੀਡਿੰਗ ਪੋਜੀਸ਼ਨ ਦੇ ਵਿੱਚ ਜਿਹੜੇ ਕਾਂਗਰਸ ਦੇ ਕੈਂਡੀਡੇਟ ਚਰਨਜੀਤ ਸਿੰਘ ਚੰਨੀ ਆ। ਸੈਂਟਰ 'ਚ ਤੇ ਪੰਜਾਬ 'ਚ ਕਿਹੜੀ ਤੁਹਾਨੂੰ ਲੱਗਦਾ ਹੈ ਇੰਡੀਆ ਅਲਾਇੰਸ ਆਪਣਾ ਦਾਅਵਾ ਕਰਦਾ ਹੈ? ਬੀਜੇਪੀ ਕਹਿ ਰਹੀ ਅਸੀਂ ਆਲਰੇਡੀ ਸੀਟਾਂ ਸਾਡੇ ਕੋਲ ਆ ਚੁੱਕੀਆਂ ਨੇ। ਪ੍ਰਗਟ ਸਿੰਘ ਦੇ ਮੁਤਾਬਿਕ ਸੈਂਟਰ 'ਚ ਕੀ ਸਿਚੁਏਸ਼ਨ ਰਹਿਣ ਵਾਲੀ ਹੈ? ਦੇਖੋ, ਜਿੰਨੀ ਕੁ ਗੱਲ ਮੈਨੂੰ ਸਮਝ ਆਉਂਦੀ ਹੈ, ਅੱਜ ਤੋਂ 2-2.5 ਮਹੀਨੇ ਪਹਿਲਾਂ ਜਦੋਂ ਮੈਂ ਸਕਰੀਨਿੰਗ ਕਮੇਟੀ ਦਾ ਮੈਂਬਰ ਸੀਗਾ ਤੇ ਉਦੋਂ ਹਾਲਾਤ ਡਿਫਰੈਂਟ ਸੀ। ਉਦੋਂ ਰਾਮ ਮੰਦਰ ਦਾ ਮੁੱਦਾ ਵੀ ਬਹੁਤ ਪ੍ਰੋਮੀਨੈਂਟ ਸੀਗਾ, ਲੇਕਿਨ ਹੌਲੀ 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 ਇਸ਼ੂਜ਼ ਦੀ ਗੱਲ ਹੋਣ ਲੱਗੀ ਤੇ ਰਾਹੁਲ ਗਾਂਧੀ ਨੇ ਸਿੰਗਲ ਹੈਂਡਡਲੀ, ਮੈਂ ਸਮਝਦਾ ਕਿ ਇਹਦੇ ਵਿੱਚ ਜਿਹੜਾ ਸਟੈਂਡ ਬੜਾ ਕਲੀਅਰ ਕੀਤਾ ਹੈਗਾ ਵੀ ਦੇਸ਼ ਦੀ ਗੱਲ ਹੈ ਸਾਡਾ, ਉਹ ਜਿਹੜਾ ਸਮਾਜਿਕ ਢਾਂਚਾ ਉਹਦੀ ਗੱਲ ਹੈ ਅਤੇ ਸਾਡਾ ਜਿਹੜਾ ਸੋਸ਼ਲ ਜਿਹੜਾ ਸਟਰਕਚਰ ਆ ਉਹਦੀ ਗੱਲ ਹੈਗੀ ਆ, ਅਤੇ ਗੱਲ ਹੈਗੀ ਆ ਦੇਸ਼ ਦੇ ਵਿੱਚ ਫੈਲ ਰਹੀ ਜਿਹੜੀ ਨਿਰਾਸ਼ਾ ਅਤੇ ਅਰਾਜਕਤਾ, ਉਹਦੇ ਅਗੇਂਸਟ ਉਹਨੇ ਖੁੱਲ੍ਹ ਕੇ ਸਟੈਂਡ ਲਿਆ ਹੈਗਾ, ਔਰ ਮੈਨੂੰ ਲੱਗਦਾ ਕਿ ਉਹ ਸਟੈਂਡ ਜਿਹੜਾ ਆ ਉਹ ਕਲੀਅਰ ਹੁੰਦਾ ਨਜ਼ਰ ਆ ਰਿਹਾ। ਪ੍ਰਗਟ ਜੀ, ਪੰਜਾਬ 'ਚ ਤੁਸੀਂ ਪਹਿਲਾਂ ਵੀ ਕਿਹਾ ਕਾਂਗਰਸ ਦੀ ਸੀਟਾਂ ਦੱਸੀਆਂ ਸੀ, ਅੱਜ ਵੀ ਉਹੀ ਸਟੈਂਡ ਹੈ ਕਿ 7-8-7 ਤੁਹਾਨੂੰ? ਦੇਖੋ, ਵੱਧ ਵੀ ਆ ਸਕਦੀਆਂ ਉਮੇਸ਼, ਬਾਕੀ ਇੰਡੀਵਿਜੁਅਲ ਅੱਜ ਪੋਲਿੰਗ ਕਿਸ ਤਰ੍ਹਾਂ ਹੁੰਦੀ ਆ, ਉਹ ਜਿਹੜੇ ਸਾਡਾ ਵਰਕਰ ਹੈ ਉਹ ਕਿੰਨਾ ਕੁ ਚਾਰਜ ਰਹਿ ਕੇ ਪੋਲਿੰਗ ਕਰਵਾ ਲੈਂਦਾ, ਸੋ ਗੱਲ ਉੱਥੇ ਇੱਕ ਖੜੀ ਆ। ਮੈਨੂੰ ਲੱਗਦਾ ਕਿ 8-20 ਸੀਟਾਂ ਆ ਸਕਦੀਆਂ। ਲਾਸਟ ਸਵਾਲ, ਇਹ ਚੋਣ ਬੜੇ ਡਿਫਰੈਂਟ ਇੱਕ ਸਿਨੈਰੀਓ 'ਚ ਲੜੇ ਗਏ, ਤੁਸੀਂ ਬੜਾ ਸਮਾਂ ਐਕਸਪੀਰੀਅੰਸਡ ਹੋ, ਬੜੇ ਸਰਕਾਰਾਂ ਬਣਵਾਈਆਂ ਬਣੀਆਂ ਦੇਖਦੇ ਰਹੇ ਹੋ, ਇਹ ਚੋਣ ਐਤਕੀ ਕੀ ਲੱਗਦਾ ਕਿ ਦੇਸ਼ ਦੀ ਰਾਜਨੀਤੀ, ਜਿੱਦਾਂ ਮੈਂ ਕਿਹਾ, ਦਸ਼ਾ ਦਿਸ਼ਾ ਤੈਅ ਕਰਨਗੇ, ਖਾਸ ਕਰ ਪੰਜਾਬ ਦੀ ਵੀ? ਹਾਂ, ਡੈਫੀਨੇਟਲੀ, ਦੇਖੋ ਦੇਸ਼ ਦੀ ਰਾਜਨੀਤੀ ਦਾ ਪੰਜਾਬ ਦੀ ਰਾਜਨੀਤੀ 'ਤੇ ਸਿੱਧਾ ਸਿੱਧਾ ਪ੍ਰਭਾਵ ਪੈਂਦਾ। ਪੰਜਾਬ ਪ੍ਰਤੀ ਮੈਨੂੰ ਲੱਗਦਾ ਜਿਹੜਾ ਦੇਸ਼ ਦਾ ਨਜ਼ਰੀਆ ਜਾਂ ਦੇਸ਼ ਦੀਆਂ ਸਰਕਾਰਾਂ ਦਾ ਨਜ਼ਰੀਆ ਜਿਹੜਾ ਉਹ ਬਦਲਣਾ ਚਾਹੀਦਾ, ਤਾਂ ਅਸੀਂ ਜਿਹੜਾ ਹੈਗਾ ਆ ਹੌਲੀ ਹੌਲੀ ਤਰੱਕੀ ਦੀ ਰਾਹ 'ਤੇ, ਜਿਹੜਾ ਪੰਜਾਬ ਕਾਫ਼ੀ ਪਿੱਛੇ ਚਲੇ ਗਿਆ, ਕਾਫ਼ੀ ਥੱਲੇ ਚਲੇ ਗਿਆ, ਕਿਉਂਕਿ ਪੰਜਾਬ 'ਤੇ ਡੈਟ ਵੱਧ ਰਿਹਾ, ਪੰਜਾਬ ਦਾ ਲਾਅ ਐਂਡ ਆਰਡਰ ਸਿਚੁਏਸ਼ਨ ਜਿਹੜੀ ਆ ਉਹ ਕਿਤੇ ਨਾ ਕਿਤੇ ਮਾੜੀ ਹੋ ਰਹੀ ਆ। ਸੋ ਪੰਜਾਬ ਦਾ ਜਿਹੜਾ ਖਾਸ ਕਰਕੇ ਜਿਹੜਾ ਇਨਫਰਾਸਟ੍ਰਕਚਰ ਆ ਉਹ ਹੋਰ ਹੋਣਾ ਚਾਹੀਦਾ, ਐਜੂਕੇਸ਼ਨ ਸਿਸਟਮ ਬੈਟਰ ਹੋਣਾ ਚਾਹੀਦਾ, ਹੈਲਥ ਸਿਸਟਮ ਬੈਟਰ ਹੋਣਾ ਚਾਹੀਦਾ। ਇਹ ਜਿਹੜੀ ਸਰਕਾਰ ਆ ਬਿਲਕੁਲ ਮਸ਼ਹੂਰੀਆਂ ਦੀ ਸਰਕਾਰ ਆ ਪ੍ਰੈਕਟੀਕਲ ਲੈਵਲ 'ਤੇ। ਦੇਖੋ, 2 ਸਾਲਾਂ ਦੇ ਵਿੱਚ ਨੋਰਮਲੀ ਕੀ ਹੁੰਦਾ ਵੀ 5 ਸਾਲ ਦਾ ਮੈਂਡੇਟ ਦਿੱਤਾ ਜਾਂਦਾ ਅਤੇ 2-3 ਸਾਲ ਤਾਂ ਲੋਕ ਬਹੁਤ ਹੀ ਰਿਜੈਂਟਮੈਂਟ ਨਹੀਂ ਕਰਦੇ, ਹੌਲੀ 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 ਕਮੀਆਂ ਕੱਢਣ ਲੱਗਦੇ, ਲੇਕਿਨ ਜਿੱਥੋਂ ਇਹਨਾਂ ਨੂੰ ਵੱਧ ਮੈਂਡੇਟ ਮਿਲਿਆ ਸੀ ਖਾਸ ਕਰਕੇ ਮਾਲਵੇ 'ਚੋਂ, ਅਤੇ ਮੈਨੂੰ ਲੱਗਦਾ ਇਹਨਾਂ ਦੀਆਂ ਚੋਣ ਰੈਲੀਆਂ ਵੀ ਨਹੀਂ ਹੋਈਆਂ, ਸਿਰਫ ਰੋਡ ਸ਼ੋ ਕੱਢਦੇ ਨਜ਼ਰ ਆਏ ਆ, ਉਹ ਵੀ ਲੋਕ ਜਿਹੜਾ ਰਿਜੈਂਟਮੈਂਟ ਕਰਦੇ ਨਜ਼ਰ ਆਏ ਆ। ਇੱਕ ਸਵਾਲ ਇਹ ਵੀ ਆਉਂਦਾ ਲਾਸਟ ਜਹਿਨ ਵਿੱਚ ਕਿ ਪੰਜਾਬ 'ਚ ਵੱਖਰੇ ਨੇ, ਇੱਕ ਦੂਜੇ ਨੂੰ ਗਾਲਾਂ ਕੱਢਦੇ ਨੇ,
ਚੰਡੀਗੜ੍ਹ ਇਕੱਠੇ ਨੇ, ਦਿੱਲੀ ਇਕੱਠੇ ਨੇ, ਕਨਫਿਊਜ਼ਨ ਦੀ ਪੋਲੀਟਿਕਸ ਵੀ ਤਾਂ ਹੈਗੀ ਹੈ। ਨਹੀਂ ਕਨਫਿਊਜ਼ਨ ਦੀ ਦੇਖੋ, ਪੰਜਾਬ ਦੀ ਕੋਈ ਕਨਫਿਊਜ਼ਨ ਦੀ ਪੋਲੀਟਿਕਸ ਨਹੀਂ, ਮੇਰੇ ਕਿਤੇ ਕਨਫਿਊਜ਼ਨ ਨਹੀਂ ਹੈ। ਇਹ ਬੀ ਟੀਮ ਹੈ ਬੀਜੇਪੀ ਦੀ, ਕਿਹਨੂੰ ਕਹਿ ਰਹੇ ਹੋ ਬੀ ਟੀਮ? ਆਮ ਆਦਮੀ ਪਾਰਟੀ, ਉਹਨਾਂ ਦੀ ਪਿਓਰਲੀ ਵਿਚਾਰਧਾਰਾ ਅਤੇ ਉਹਨਾਂ ਦਾ ਵਰਕਿੰਗ ਸਟਾਈਲ ਜਿਹੜਾ ਉਹ ਕਦੀ ਵੀ ਅਲੱਗ ਨਹੀਂ ਹੈਗਾ। ਸੋ ਮਤਲਬ ਮੈਨੂੰ ਨਹੀਂ ਲੱਗਦਾ ਵੀ ਇਹਨਾਂ ਦੀ ਕੋਈ ਸੋਚ ਅਲੱਗ ਹੋਵੇ। ਹਾਂ ਠੀਕ ਹੈ ਵੀ ਇਹ ਅਲਾਇੰਸ ਜਿਹੜਾ, ਕਿਉਂਕਿ ਹੋ ਸਕਦਾ ਚੰਡੀਗੜ੍ਹ ਦੀ ਜਿਹੜੀ ਲੀਡਰਸ਼ਿਪ ਹੈ, ਪੋਲੀਟੀਕਲ ਲੀਡਰਸ਼ਿਪ ਜਾਂ ਦਿੱਲੀ ਦੀ ਲੀਡਰਸ਼ਿਪ, ਉਹਨਾਂ ਸਟੈਂਡ ਨਾ ਲੈ ਸਕੀ ਹੁੰਦੀ ਹੋਵੇ ਜਿੰਨੀ ਅਸੀਂ ਜਿਹੜਾ ਉਹ ਖੜ ਕੇ ਲਿਆ ਹੈ।